ਹਾਂਜੀ ਕੀ ਨੋ ਜੀ ਆਪਣਾ ਜੀ ਕਿਤੇਸ਼ ਤੋਂ ਅੱਛਾ ਜਿਹੜੇ ਪੁਲ ਦੀ ਰਿਪੇਅਰ ਕਰ ਰਹੀ ਹੈ ਤੁਹਾਡੇ ਹਾਂਜੀ ਹਾਂਜੀ ਤੇ ਕਿਹੜੀ ਕੰਪਨੀ ਹੈ ਤੁਹਾਡਾ ਸੋਮਾ ਰੋਡੀ ਕੰਪਨੀ ਕਰ ਰਹੀ ਹੈ ਇਹਦਾ ਰਿਪੇਅਰਿੰਗ ਦਾ ਕੰਮ ਤੇ ਇਹ ਤੁਹਾਡਾ ਇਸ ਟਾਈਮ ਕੀ ਪੋਸਟ ਹੈ ਤੁਹਾਡੀ ਮੈਂ ਸਾਈਡ ਇੰਚਾਰਜ ਹਾਂ ਅੱਛਾ ਜੀ ਇਹ ਕਿੰਨੀ ਦੇਰ ਕੰਮ ਚੱਲੇਗਾ ਜੀ ਹੋਰ ਹਜੇ ਸਰ ਇਹਦਾ ਅਸੀਂ ਸਾਡਾ ਟਾਰਗੇਟ ਹੈ ਡੇਢ ਮਹੀਨੇ 'ਚ ਖਤਮ ਕੰਮ ਖਤਮ ਕਰਨ ਦਾ ਹਾਂਜੀ ਉਸ ਤੋਂ ਵੱਧ ਵੀ ਲੱਗ ਸਕਦਾ ਕਿਉਂਕਿ ਜਿਵੇਂ ਜਿਵੇਂ ਅਸੀਂ ਇਹਨੂੰ ਡੀਪ ਜਾਵਾਂਗੇ ਖੋਲਾਂਗੇ ਉਦੋਂ ਪਤਾ ਲੱਗੂਗਾ ਵੀ ਅਸੀਂ ਹੋਰ ਕਿੰਨਾ ਡੀਪ ਜਾਣਾ ਹੈ ਅਤੇ ਉਸ ਤੋਂ ਬਾਅਦ ਜਿਹੜੀ ਦੂਜੀ ਸਾਈਡ ਜਿਹੜੀ ਚੱਲ ਰਹੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਉਹ ਵੀ ਅਸੀਂ ਕੱਟ ਕੇ ਉਹਨੂੰ ਵੀ ਰਿਪੇਅਰ ਕਰਨਾ ਹੈ ਦੂਸਰੀ ਸਾਈਡ ਮਤਲਬ ਜਿਹੜੀ ਜਿਹੜੀ ਚੱਲ ਰਹੀ ਹੈ ਉਹਨੂੰ ਵੀ ਰਿਪੇਅਰ ਉਹਨੂੰ ਵੀ ਬੰਦ ਕਰਨਾ ਹੈ ਉਸ ਤੋਂ ਬਾਅਦ ਸਾਰਾ ਟ੍ਰੈਫਿਕ ਥੱਲੇ ਸਰਵਿਸ ਰੋਡ 'ਤੇ ਡਿਵਰਟ ਕਰਨਾ ਪੈਣਾ ਹੈ ਸਰਵਿਸ ਰੋਡ 'ਤੇ ਸਾਰਾ ਟ੍ਰੈਫਿਕ ਚੱਲੂਗਾ ਇਹ ਫਲਾਈਓਵਰ ਸਾਡਾ ਬੰਦ ਰਹੂਗਾ ਇਹ ਸਾਰਾ ਫਲਾਈਓਵਰ ਕਦੋਂ ਬੰਦ ਹੋਏਗਾ ਜੀ ਇਹ ਅਗਲੇ 4-5 ਦਿਨਾਂ ਤੱਕ ਪੂਰਾ ਫਲਾਈਓਵਰ ਦੋਨੋਂ ਸਾਈਡ ਬੰਦ ਬਿਲਕੁਲ ਦੋਨੋਂ ਸਾਈਡ ਬੰਦ ਰਹਿਣਗੇ ਹਾਂਜੀ ਦੋਨੋਂ ਸਾਈਡ ਬੰਦ ਹੋਣਗੇ ਤੇ ਟ੍ਰੈਫਿਕ ਥੱਲੋਂ ਸਰਵਿਸ ਰੋਡ ਚੱਲੂਗਾ ਉਹ ਕਿੰਨੀ ਦੇਰ ਤੱਕ ਬੰਦ ਰਹੇਗਾ ਜੀ ਜਦੋਂ ਤੱਕ ਪੂਰੀ ਰਿਪੇਅਰ ਨਹੀਂ ਹੁੰਦੀ ਸਰ ਡੇਢ ਮਹੀਨਾ ਆ ਤੁਹਾਡੇ ਹਿਸਾਬ ਨਾਲ ਕਿੰਨਾ ਸਾਡਾ ਡੇਢ ਮਹੀਨੇ ਦਾ ਹੈ ਡੇਢ ਮਹੀਨਾ ਪੂਰਾ ਫਲਾਈਓਵਰ ਬੰਦ ਰਹੇਗਾ ਦੋਨੋਂ ਸਾਈਡ ਹਾਂਜੀ ਹਾਂਜੀ ਅੱਛਾ ਜੀ ਇਹ ਕੀ ਮੇਨ ਪ੍ਰੋਬਲਮ ਤੁਸੀਂ ਦੱਸ ਸਕਦੇ ਇਹਦੇ ਬਾਰੇ ਸਰ ਇਸ 'ਚ ਮੇਨ ਪ੍ਰੋਬਲਮ ਨਹੀਂ ਇਸ ਸੈਟਲਮੈਂਟ ਆ ਰਹੀ ਸੀ ਕੁਝ ਟਾਈਮ ਤੋਂ ਕਿਉਂਕਿ ਇਹਦੇ ਥੱਲੇ ਜਿਹੜਾ ਕੂੜੇ ਕਰਕਟ ਦਾ ਕਾਫੀ ਟਾਈਮ ਤੋਂ ਬਣਿਆ ਹੋਇਆ ਹੈ ਮਿਊਂਸੀਪਲ ਕਾਰਪੋਰੇਸ਼ਨ ਦਾ ਹਾਂਜੀ ਬਣਾਇਆ ਹੋਇਆ ਉਹਨੇ ਡੰਪਿੰਗ ਯਾਰਡ ਅਤੇ ਉਸ ਕਰਕੇ ਕਾਫੀ ਇੰਨੇ ਸਾਲਾਂ ਦੇ ਚੂਹਿਆਂ ਦੀਆਂ ਖੁੱਡਾਂ ਉਹਨਾਂ ਨੇ ਹੌਲੀ ਹੌਲੀ ਮਟੀਰੀਅਲ ਬਾਹਰ ਕੱਢ ਕੇ ਅਤੇ ਕਾਫੀ ਮਟੀਰੀਅਲ ਜਿਹੜਾ ਨੀਚੇ ਵਾਲਾ ਸੀ ਉਹ ਨੀਚੋਂ ਨਿਕਲ ਗਿਆ ਅਤੇ ਉੱਤੋਂ ਸੈਟਲਮੈਂਟ ਹੋ ਗਈ ਇਸ ਤੋਂ ਜਿਹੜਾ ਸਮਰਾਟ ਰੋਡ ਜਾਂ ਹੋਰ ਪੁਲ ਥੱਲੇ ਜਿਹੜਾ ਮਿਊਂਸੀਪਲ ਕਾਰਪੋਰੇਸ਼ਨ ਨਗਰ ਕੌਂਸਲ ਨੇ ਡੰਪਿੰਗ ਬਣਾਏ ਹੋਏ ਨੇ ਕੂੜੇ ਕਰਕਟ ਦੇ ਹਟਾ ਦੇਣੇ ਚਾਹੀਦੇ ਆ ਉਸ ਇਸ ਤੋਂ ਪਿੱਛੇ ਵੀ ਜਿਹੜਾ ਫਲਾਈਓਵਰ ਹੈ ਉਹਦਾ ਰੈਕਟੀਫਿਕੇਸ਼ਨ ਦਾ ਵੀ ਕੰਮ ਹੋਣਾ ਉਹਦੇ ਥੱਲੇ ਵੀ ਕੂੜਾ ਕਰਕਟ ਦਾ ਡੰਪਿੰਗ ਯਾਰਡ ਹੈ ਤੁਸੀਂ ਇਸ ਸੰਬੰਧੀ ਪ੍ਰਸ਼ਾਸਨ ਨੂੰ ਕਿਹਾ ਵੀ ਇਹ ਹਟਾਇਆ ਹਾਂਜੀ ਹਾਂਜੀ ਸਾਡਾ ਹੁਣ ਤੋਂ ਇੱਕ ਸਾਲ ਪਹਿਲਾਂ ਤੋਂ ਅਸੀਂ ਲਗਾਤਾਰ ਲੈਟਰ ਇਸ ਬਾਰੇ ਲਿਖ ਰਹੇ ਹਾਂ ਪਰ ਹਜੇ ਤੱਕ ਉਹਨਾਂ ਨੇ ਕੋਈ ਇਸ ਵੱਲ ਧਿਆਨ ਨਹੀਂ ਦਿੱਤਾ ਅੱਛਾ ਜੀ ਇਹਦਾ ਮਤਲਬ ਕਿ ਜਿੱਥੇ ਇੱਥੇ ਵੀ ਇਹ ਕੂੜਾ ਲੱਗਿਆ ਹੋਇਆ ਨੇ ਨਗਰ ਕੌਂਸਲ ਨੇ ਲਵਾਏ ਨੇ ਹਾਂਜੀ ਉੱਥੇ ਵੱਡੀ ਪ੍ਰੋਬਲਮ ਆ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਆ ਸਕਦੀ ਹੈ ਤੁਸੀਂ ਦੇਖੋ ਇੱਕ ਵਾਰੀ ਥੱਲੇ ਜਾ ਕੇ ਦੇਖੋਗੇ ਜੇ ਇਸ 'ਤੇ ਫਲਾਈਓਵਰ ਥੱਲੇ ਜਾ ਕੇ ਦੇਖੋਗੇ ਤਾਂ ਜਿੰਨਾ ਵੀ ਸ਼ਹਿਰ ਦਾ ਕੂੜਾ ਕਰਕਟ ਹੈ ਸਾਡੇ ਫਲਾਈਓਵਰ ਦੇ ਥੱਲੇ ਉਹਨੂੰ ਸੁੱਟਿਆ ਜਾਂਦਾ ਅਤੇ ਤੁਸੀਂ ਜਿਹੜੇ ਚੂਹੇ ਦੇ ਖੁੱਡਾਂ ਬਿੱਲ ਹੈ ਉਹ ਦੇਖੋਗੇ ਕਾਫੀ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਥੱਲੇ ਚੂਹੇ ਹੈ ਜਿਨ੍ਹਾਂ ਨੇ ਬਾਹਰ ਸਾਡਾ ਮਟੀਰੀਅਲ ਕੱਢਿਆ ਹੋਇਆ ਹੈ ਢੇਰੀਆਂ ਬਣੀਆਂ ਹੋਈਆਂ ਜੇ ਤੁਸੀਂ ਥੱਲੇ ਦੇਖੋਗੇ ਤਾਂ ਓਕੇ ਥੈਂਕ ਯੂ ਸਰ ਜੀ ਇਹ ਜਿਹੜਾ ਟ੍ਰੈਫਿਕ ਹੁਣ ਦੋ ਉੱਪਰੋਂ ਨੈਸ਼ਨਲ ਹਾਈਵੇ ਵਾਲੇ ਕਹਿ ਰਹੇ ਨੇ ਬਈ ਉਹ ਟ੍ਰੈਫਿਕ ਬੰਦ ਕਰਤਾ ਜਾਊਗਾ ਜੀ ਉਹਦੇ ਬਾਅਦ ਤੁਹਾਡਾ ਕੀ ਇੰਤਜ਼ਾਮ ਹੋਊਗਾ ਜੀ ਪਬਲਿਕ ਲਈ ਅਸੀਂ ਜੀ ਜਿਹੜਾ ਨੀਚੇ ਵਾਲਾ ਜਿਹੜਾ ਸਰਵਿਸ ਲੇਨ ਹੈਗੀ ਆ ਇਹਨਾਂ ਦੋਨੇ ਪਾਸੇ ਨੂੰ ਵਾਈਡਨ ਕਰ ਰਹੇ ਹਾਂ ਜਿੰਨੀ ਟ੍ਰੈਫਿਕ ਆ ਜੇ ਸਾਨੂੰ ਡਾਇਵਰਟ ਕਰਨੀ ਪਈ ਫਿਰ ਨੀਚੇ ਦੀ ਕਰਾਂਗੇ ਕੁਛ ਅਸੀਂ ਦਰਾਹਾਂ ਤੋਂ ਪਿੱਛੋਂ ਹੀ ਮਤਲਬ ਕਿ ਕਰ ਦੇਣੀ ਆ ਪਬਲਿਕ 'ਚ ਅਵੇਅਰਨੈਸ ਕਰਾਂਗੇ ਵੀ ਤਾਂ ਕਿ ਜਿਹਦਾ ਜ਼ਰੂਰੀ ਨਹੀਂ ਇੱਧਰ ਦੀ ਨਾ ਨਿਕਲਣ ਜਿਸ ਚੰਡੀਗੜ੍ਹ ਜਾਣਾ ਉਹ ਸਬਰਾਲਾ ਵੱਲ ਦੀ ਨਿਕਲ ਜਾਣ ਜੀ ਇਸ ਤਰ੍ਹਾਂ ਪਿੱਛੇ ਇੱਕ ਭਾਦਲਾ ਰੋਡ ਆ ਜੀ ਉਹਦੀ ਬਾਰੋ ਬਾਰ ਅਸੀਂ ਟੈਸਟ ਕਰਦਾਂਗੇ ਉਹਨਾਂ ਦਾ ਕਹਿਣਾ ਜੀ ਡੇਢ ਦੋ ਮਹੀਨੇ ਲਈ ਇਹ ਕਮ ਸੇ ਕਮ ਬੰਦ ਕੀਤਾ ਜਾ ਰਿਹਾ ਜੀ ਔਰ ਜਿਹੜਾ ਪੂਰਾ ਫਲਾਈਓਵਰ ਨਾ ਦੋਨੋਂ ਪੂਰਾ ਬੰਦ ਕਰਨਾ ਕੀਤਾ ਜਾ ਰਿਹਾ ਜੀ ਐਕਚੁਅਲੀ ਜੀ ਇਹ ਕੰਮ ਕਾਫੀ ਵੱਡਾ ਹੈਗਾ ਤਾਂ ਇਹਨੂੰ ਸਾਰੇ ਨੂੰ ਪਹਿਲਾਂ ਖੋਦਣਾ ਪੈਣਾ ਜੀ ਫਿਰ ਇੱਥੇ ਮਟੀਰੀਅਲ ਪਾ ਕੇ ਉਹਦੀ ਫਿਰ ਉਹਨੂੰ ਚੈੱਕ ਕੀਤਾ ਜਾਣਾ ਵੀ ਤਾਂ ਜੋ ਦੁਬਾਰਾ ਨਾ ਬੈਠੇ ਅਤੇ ਇਹਨਾਂ ਦੇ ਕਹਿਣ ਮੁਤਾਬਕ ਚੂਹਿਆਂ ਨੇ ਜਿਹੜੀਆਂ ਬੈਲਟਾਂ ਕੱਟ ਦਿੱਤੀਆਂ ਜਿਹਨਾਂ ਦੀ ਸਪੋਰਟ ਸੀ ਉਹਦੀ ਵਜ੍ਹਾ ਕਰਕੇ ਸਪੋਰਟ ਖਤਮ ਹੋ ਗਈ ਅਤੇ ਇਹ ਜਿਹੜਾ ਪੁੱਲ ਜਿਹੜਾ ਬੈਠ ਗਿਆ ਜੀ ਇੱਥੋਂ